ਜਾਵੇਗਾ ਅਤੇ ਕਿੰਨੇ ਫੁੱਟ ਦਾ ਪਾਰ ਸੀ ਅਤੇ ਕਿੰਨਾ ਕੁ ਕੰਮ ਇਸ ਵਕਤ ਬਾਕੀ ਰਹੇਗਾ। ਦੇਖੋ ਇਹ ਇੱਥੇ ਹੜ੍ਹਾਂ ਦੀ ਸਿਚੁਏਸ਼ਨ ਬਣਨ ਨਾਲ ਨਾ ਸਭ ਤੋਂ ਪਹਿਲਾਂ ਜਿਹੜਾ ਪਾਰ ਸਾਡੇ ਰੋਪੜ 'ਚ ਇਹ ਨਹਿਰ ਦੇ ਨਾਲ ਨਾਲ ਜਿਹੜੀ ਸੜਕ ਹੈਗੀ ਉਹਦੇ 'ਚ ਪਿਆ ਸੀ, ਜਿਹਨਾਂ ਸਾਡੀ ਆਵਾਜਾਈ ਆ ਜਿਹੜੀ ਕਾਫੀ ਪ੍ਰਭਾਵਿਤ ਹੋਈ। ਅਤੇ ਹੁਣ ਆਲਮੋਸਟ ਇਹ ਪਾਰ ਆ ਜਿਹੜਾ ਉਹਨੂੰ ਤਕਰੀਬਨ ਪੂਰ ਲਿਆ ਗਿਆ ਅਤੇ ਹੋਪਫੁਲੀ ਕੱਲ੍ਹ ਤੱਕ ਆ ਜਿਹੜਾ ਰਸਤਾ ਜਿਹੜਾ ਅਸੀਂ ਚੱਲਦਾ ਕਰ ਲੈਂਦੇ। ਅਤੇ ਬਾਕੀ ਇਸ ਤੋਂ ਪਹਿਲਾਂ ਸੰਤ ਨਗਰ ਦੇ ਪਿੱਛੇ ਪਾੜ ਪਿਆ ਸੀ, ਉਹਦਾ ਰਸਤਾ ਅਸੀਂ ਆਲਰੇਡੀ ਆ ਜਿਹੜਾ ਚਾਲੂ ਕਰ ਚੁੱਕੇ ਹਾਂ। ਅਤੇ ਇੱਦਾਂ ਹੀ ਅਸੀਂ ਹੌਲੀ ਹੌਲੀ ਕਰਕੇ ਜਿਹੜਾ ਸੜਕਾਂ 'ਚ ਪਾੜ ਪਏ ਹੋਏ ਸੀ ਸਾਰਿਆਂ ਨੂੰ ਖੋਲ੍ਹ ਰਿਹਾ।